ਤੇ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ। ਮੋਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰਾਂ ਦਾ 117 ਵਿਧਾਇਕਾਂ ਦੇ ਵਿੱਚ ਸਭ ਤੋਂ ਅਮੀਰ ਹੋਣਾ ਕੁਲਵੰਤ ਸਿੰਘ, ਉਹਨਾਂ ਦੇ ਘਰ ਈਡੀ ਦੀ ਰੇਡ ਪਈ ਹੈ ਸ਼ਰਮਾ ਜੀ, ਤੇ ਦਿੱਲੀ ਦੀ ਸ਼ਰਾਬ ਨੀਤੀ ਦੇ ਨਾਲ ਇਹਨੂੰ ਲਿੰਕ ਕੀਤਾ ਜਾ ਰਿਹਾ, ਤੇ ਉਧਰ ਦੂਜੇ ਪਾਸੇ ਕੱਲ ਨੂੰ ਕਹਿੰਦੇ ਸੁਪਰੀਮੋ ਨੂੰ ਵੀ ਈਡੀ ਨੇ ਸੱਦ ਲਿਆ। ਬਿਲਕੁਲ ਜੀ, ਦਿੱਲੀ ਦੀ ਸ਼ਰਾਬ ਨੀਤੀ ਦੇ ਮਾਮਲੇ ਚ ਮਨੀਸ਼ ਸੋਦੀਆ ਨੂੰ ਰਾਹਤ ਨਹੀਂ ਮਿਲੀ, ਔਰ ਕੋਰਟ ਵੱਲੋਂ ਜਿਵੇਂ ਕੁਝ ਨਵੇਂ ਹਵਾਲੇ ਸਾਹਮਣੇ ਲਿਆਂਦੇ ਗਏ ਕਿ 1,00,000,000 ਦਾ ਖੇਡ ਹੈ ਤਾਂ ਇਹਦੀ ਜਾਂਚ ਤੇਜ਼ੀ ਨਾਲ ਕਰੋ, ਤੇ ਉਹਦੇ ਹਵਾਲੇ ਨਾਲ ਇਹ ਤਾਂ ਸਪਸ਼ਟ ਹੈ ਕਿ 3 ਮਹੀਨੇ ਤਾਂ ਹੋਰ ਜ਼ਮਾਨਤ ਨਹੀਂ ਮਿਲਣੀ ਅਜੇ। ਸੋ ਇਹ ਸਭ ਦੇ ਦਰਮਿਆਨ ਹੀ 2 ਤਰੀਕ ਨੂੰ ਅਰਵਿੰਦ ਕੇਜਰੀਵਾਲ ਨੂੰ ਸੱਦਿਆ, ਤੇ ਅਚਾਨਕ ਪੰਜਾਬ ਚ ਕੱਲ ਸੜਕ ਸਾਰੀ ਇਹ ਹਵਾਲਾ ਆ ਗਿਆ ਕਿ ਭਾਈ ਮੈਂ ਕੁਲਵੰਤ ਸਿੰਘ ਦੇ ਘਰ ਦਫ਼ਤਰ ਹੈ ਨਾ, ਉਹਦੇ ਹੋਰ ਅਦਾਰਿਆਂ ਚ, ਮੋਹਾਲੀ ਚ ਵੀ, ਅੰਮ੍ਰਿਤਸਰ ਚ ਵੀ, ਲੁਧਿਆਣੇ ਚ ਵੀ, ਗੰਗਾਨਗਰ ਚ ਵੀ, ਕਈ ਥਾਵਾਂ ਤੇ ਈਡੀ ਪਹੁੰਚੀ। ਤੇ ਜੀ ਇਹ ਬੇਸ਼ੱਕ ਪੰਜਾਬ ਦਾ ਸਭ ਤੋਂ ਅਮੀਰ MLA ਹੈ, ਜਿਹਨੇ ਆਪਣੀ ਉਹਦੇ ਵਿੱਚ ਜਦੋਂ ਕਾਗਜ਼ ਭਰਦੇ ਨੇ ਨਾਮਜ਼ਦਗੀਆਂ, ਉਹ ਚ ਦੱਸਿਆ ਕਿ 250 ਕਰੋੜ ਰੁਪਏ ਦੀ ਜਾਇਦਾਦ ਹੈ, 250 ਕਰੋੜ ਦੀ ਜਾਇਦਾਦ ਦਾ ਮਾਲਕ ਜਿਹੜਾ ਕਾਗਜ਼ੀ ਮਾਲਕ, ਆਪਾਂ ਕਾਗਜ਼ਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਇਹ ਤੋਂ ਬਿਨਾਂ ਕਿੰਨਾ ਹੋਵੇ ਉਹ ਸਾਨੂੰ ਨਹੀਂ ਪਤਾ। ਸੋ ਉਸ ਜਾਇਦਾਦ ਦੇ ਹਵਾਲੇ ਨਾਲ ਸਭ ਤੋਂ ਅਮੀਰ ਆਮ ਆਦਮੀ ਪਾਰਟੀ ਦਾ MLA ਜਿਹੜਾ ਵੱਖੋ ਵੱਖ ਖੇਤਰਾਂ ਚ ਕੰਮ ਕਰਦਾ, ਖਾਸ ਕਰਕੇ ਮਤਲਬ ਬਿਲਡਿੰਗਾਂ ਦੇ ਮਾਮਲਿਆਂ ਦੇ ਵਿੱਚ ਹੈ ਨਾ, ਕਲੋਨੀਆਂ ਕੱਟਣ ਦੇ ਮਾਮਲਿਆਂ ਚ, ਇਮਾਰਤਾਂ ਬਣਾਉਣ, ਫਲੈਟ ਬਣਾਉਣ ਵਾਲੇ ਮਾਮਲੇ ਚ, ਔਰ ਇਹ ਉਹ MLA ਆ ਜਿਹਨੂੰ 2 ਦਿਨ ਪਹਿਲਾਂ ਹੀ ਗਵਰਨਰ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਸੀਗਾ ਜੀ ਕਿ ਇਹਨੂੰ ਸਮਝਾਓ ਜੀ, ਇਹਨੇ ਜੀ ਆ ਇੱਥੇ ਪੰਛੀਆਂ ਵਾਲੇ ਖੇਤਰ ਚ ਖੋਲੇ ਜਦੋਂ ਕਿ 8-8 ਕਿਲੋਮੀਟਰ ਦੂਰ ਹੈ। ਸੋ ਉੱਥੋਂ ਹੀ ਲੱਗ ਰਿਹਾ ਸੀਗਾ ਕੁਛ ਹੋਣ ਵਾਲਾ, ਤੇ ਅਚਾਨਕ ਹੁਣ ED ਦੀ ਟੀਮ ਆਈ ਤੇ ਉਹਨੇ ਪੂਰੀ ਘੇਰਾਬੰਦੀ ਕੀਤੀ। ਬੇਸ਼ੱਕ ਸ਼ੁਰੂ ਚ ਇਹ ਲੱਗਿਆ ਕਿ ਸ਼ਾਇਦ ਇਹ ਆਮਦਨ ਤੋਂ ਵੱਧ ਜਾਇਦਾਦਾਂ ਦਾ ਮਾਮਲਾ ਹੋਵੇ, ਸ਼ਾਇਦ ਇਹ ਬਿਲਡਿੰਗ ਵਾਲੇ ਮਾਮਲੇ ਚ ਕੋਈ ਰਿਪੋਰਟ ਹੋਵੇ, ਪਰ ਹੌਲੀ ਹੌਲੀ ਜਿਉਂ ਜਿਉਂ ਦਿਨ ਚੜ੍ਹਦਾ ਗਿਆ ਤੇ ED ਦੇ ਛਾਪਿਆਂ ਦੀ ਜਾਣਕਾਰੀ ਸਾਹਮਣੇ ਆਉਂਦੀ ਗਈ, ਤਦ ਪਤਾ ਲੱਗਿਆ ਕਿ ਮਨੀ ਲੈਂਡਿੰਗ ਨਾਲ ਜੁੜਿਆ ਮਾਮਲਾ ਹੀ ਹੈ, ਤੇ ਇਹਦੀਆਂ ਤਾਰਾਂ ਕਿਤੇ ਨਾ ਕਿਤੇ ਸ਼ਰਾਬ ਮਾਮਲੇ ਨਾਲ, ਦਿੱਲੀ ਦੇ ਨਾਲ ਜੁੜਦੀਆਂ ਨੇ। ਕਾਰਨ ਜਿਹੜੇ ਕੁਲਵੰਤ ਸਿੰਘ ਨੇ, ਇਹਨਾਂ ਦੇ ਕੁਝ ਪਾਰਟਨਰ ਨੇ ਜਿਹੜੇ ਉਹ ਸ਼ਰਾਬ ਦੇ ਕਾਰੋਬਾਰ ਚ ਵੀ ਨੇ। ਸੋ ਉਹ ਸਾਰੇ ਹਵਾਲਿਆਂ ਨਾਲ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਕੀ ਕੁਲਵੰਤ ਸਿੰਘ ਦਾ ਪੈਸਾ, ਕੁਲਵੰਤ ਸਿੰਘ ਦੀਆਂ ਕੰਪਨੀਆਂ ਦਾ ਪੈਸਾ, ਇਹਦੇ ਸਾਥੀਆਂ ਦਾ ਪੈਸਾ 1 ਨੰਬਰ ਜਾਂ 2 ਨੰਬਰ ਚ ਦਿੱਲੀ ਦੀ ਸ਼ਰਾਬ ਨੀਤੀ ਦੇ ਮਾਮਲੇ ਚ ਕਿਤੇ ਕੰਮ ਤਾਂ ਨੀ ਕਰ ਰਿਹਾ ਸੀ, ਕਿਤੇ ਲੱਗ ਤਾਂ ਨੀ ਰਿਹਾ ਸੀ, ਕਿਤੇ ਉੱਥੇ ਗੋਲ ਹੋ ਕੇ ਘੁੰਮ ਕੇ ਤਾਂ ਨੀ ਆ ਰਿਹਾ ਸੀ। ਸੋ ਇਸ ਲਈ ਕੀ ED ਉਹ ਜਾਂਚ ਲਈ ਆਈ ਆ, ਉਹਦੇ ਲਈ ਛਾਪੇ ਮਾਰੀ ਆ। ਰਾਤ 9:35 ਤੇ ਖਤਮ ਹੋਈ ਆ ਰੇਡ, ਘੱਟੋ ਘੱਟ 13-14 ਘੰਟੇ ਤੋਂ ਵੱਧ ਇਹ ਰੇਡ ਚੱਲੀ ਆ, ਤੇ ਉਸ ਰੇਡ ਤੋਂ ਬਾਅਦ ਕੁਲਵੰਤ ਸਿੰਘ ਸਾਹਮਣੇ ਆਏ ਤੇ ਉਹਨਾਂ ਨੇ ਸਫਾ ਇੰਨਾ ਕੇ ਕਿਹਾ ਕਿ ਨਹੀਂ ਜੀ ਰੁਟੀਨ ਕਾਰਵਾਈ ਸੀ, ਮੈਂ ਕੁਛ ਨੀ ਕਹਿਣਾ। ਅਕਾਲੀ ਦਲ ਨੇ ਬਹੁਤ ਮੁੱਦਾ ਚੱਕਿਆ, ਪਰ ਅਕਾਲੀ ਦਲ ਕਿਉਂ ਭੁੱਲ ਗਿਆ, ਕੁਲਵੰਤ ਸਿੰਘ ਉਹੀ ਆ ਜਿਹਨੂੰ ਤੁਸੀਂ ਵੀ ਟਿਕਟ ਦਿੱਤੀ ਸੀ। ਹਾਂਜੀ ਹਾਂਜੀ ਬਿਲਕੁਲ, ਤੇ ਤੁਹਾਡੇ ਨਾਲ ਵੀ ਰਿਹਾ, ਜਦੋਂ ਤੁਹਾਡੇ ਨਾਲ ਹੈ ਤਾਂ ਸਹੀ ਹੈ, ਜਦੋਂ ਕਿਸੇ ਹੋਰ ਨਾਲ ਫਿਰ ਗਲਤ ਹੈ। ਆਹ ਰਾਜਨੀਤੀ ਇੱਕ ਬੜੀ ਕਮਾਲ ਦੀ ਰਾਜਨੀਤੀ ਦਾ ਰੂਪ ਲੈਂਦੀ ਜਾ ਰਹੀ ਹੈ। ਸੋ ਪਰ ਕੁੱਲ ਮਿਲਾ ਕੇ ਇਹ ਸਾਰੇ ਮਾਮਲੇ ਨੂੰ ਇਸ ਕੜੀ ਵਜੋਂ ਵੇਖਿਆ ਜਾ ਰਿਹਾ ਪ੍ਰਵੀਨ ਜੀ, ਕਿ ਜਿਹੜੀ ਗੱਲ ਆਪਾਂ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ ਕਿ ਦਿੱਲੀ ਸ਼ਰਾਬ ਨੀਤੀ ਦਾ ਸੇਕ ਪੰਜਾਬ ਪਹੁੰਚੂਗਾ, ਉਹ ਪਹੁੰਚ ਗਿਆ ਕੀ ਕੱਲ ਜੀ, ਕਿ 2 ਨਵੰਬਰ ਤੋਂ ਬਾਅਦ ਕੋਈ ਹੋਰ ਵੱਡੀ ਕਾਰਵਾਈ ਦੀ ਤਿਆਰੀ ਆ। ਅੱਜ MLA ਤੇ ਕੱਲ ਨੂੰ ਮੰਤਰੀ ਤੇ ਕੱਲ ਨੂੰ ਮੰਤਰੀਆਂ ਤੋਂ ਮੰਤਰੀ ਜੀ 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 ਉੱਥੇ ਤੱਕ। ਸੋ ਇਸ ਲਈ ਇਹ ਸਾਰਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਕਿ ਸਿੱਧਾ ਸਿੱਧਾ ਅਸਰ ਦਿੱਲੀ ਦੀ ਸ਼ਰਾਬ ਨੀਤੀ ਦਾ, ਦਿੱਲੀ ਦੇ ਵਿੱਚ ਸ਼ਰਾਬ ਲਾਇਸੈਂਸ ਵੰਡਣ ਦਾ, ਉਸ ਚੋਂ ਕੱਢੇ ਪੈਸੇ ਨਾਲ ਪਾਰਟੀ ਫੰਡ ਦਾ, ਇਹ ਸਾਰੇ ਮਾਮਲੇ ਦੇ ਵਿੱਚ ਹੁਣ ਕੁਲਵੰਤ ਸਿੰਘ ਘਿਰੇ ਨੇ, ਤੇ ਕੁਲਵੰਤ ਸਿੰਘ ਤੋਂ ਅਗਲੀ ਕੜੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਤੱਕ ਜਾਂ ਮੰਤਰੀਆਂ ਦੇ ਮੰਤਰੀਆਂ ਤੱਕ ਪਹੁੰਚ ਸਕਦੀ ਆ। ਸੋ ਇਸ ਲਈ 2 ਨਵੰਬਰ ਤੇ 2 ਨਵੰਬਰ ਤੋਂ ਬਾਅਦ ਫਿਰ ਪੰਜਾਬ ਕੀ ਇਹਦੇ ਪਰ ਕੁਛ ਵੱਡਾ ਹੋਣ ਵਾਲਾ, ਇਹਦੇ ਪਰ ਸਭ ਦੀ ਨਜ਼ਰ ਆ। ਜੀ 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 ਬਿਲਕੁਲ, 2 ਨਵੰਬਰ ਤੇ ਉਸ ਤੋਂ ਬਾਅਦ ਪੰਜਾਬ।